ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਦੱਸੋ ਜੀ ਕਿੱਦਾਂ ਹੋ ਸਾਰੇ ਜਣੇ? ਠੀਕ ਠਾਕ ਵਧੀਆ, ਅਤੇ ਅਸੀਂ ਵੀ ਵਧੀਆ ਠੀਕ ਠਾਕ। ਅਤੇ ਇੱਧਰ ਹੋ ਗਏ ਸਾਰੇ ਜਣੇ ਨਹਾ ਧੋ ਕੇ ਫ੍ਰੀ, ਰੋਟੀ ਵੀ ਕਿਉਂ ਖਾ ਲਈ ਅਸੀਂ ਤਾਂ, ਇਹਨੇ ਖਾਣ ਡਿਆ ਸੀ ਸਰਲੈਕ, ਅਤੇ ਇਹਦੇ ਨਾਲ ਇਹਨੇ ਆਪਣੇ ਕੱਪੜੇ ਗੰਦੇ ਕਰ ਲਏ। ਇਹਨੇ ਸੇਮ ਮੇਰੇ ਨਾਲ ਦਾ ਸੂਟ ਪਾਇਆ ਸੀ ਅੱਜ, ਗ੍ਰੀਨ ਗ੍ਰੀਨ ਦੋਵਾਂ ਜਣਿਆਂ ਨੇ। ਅਤੇ ਗੁਰਸ਼ਾਨ ਬਾਹਰ ਖੇਡਦਾ ਪਿਆ, ਟੀ ਵੀ ਵੇਖੀ ਜਾਂਦਾ। ਹਾਂਜੀ ਦੱਸੋ, ਤੁਸੀਂ ਵੀ ਸਤਿ ਸ਼੍ਰੀ ਅਕਾਲ ਕਰ ਦਿਓ, ਸਤਿ ਸ਼੍ਰੀ ਅਕਾਲ ਕਰ ਦਿਓ। ਅਤੇ ਆਪਾਂ ਸੋਚਿਆ ਵੀ ਕਿ ਉਹਨਾਂ ਵਲੌਗ ਬਣਾ ਲਈਏ। ਬਾਕੀ ਸਾਰੇ ਜਣੇ ਪੁੱਛੀ ਜਾਂਦੇ ਵੀ ਤੁਸੀਂ ਇੰਡੀਆ ਕਦੋਂ ਆਉਣਾ, ਮੈਂ ਤੁਹਾਨੂੰ ਦੱਸਿਆ ਨਾ ਵੀ ਅਗਲੇ ਮਹੀਨੇ ਤੁਹਾਨੂੰ ਕੋਈ ਨਾ ਕੋਈ ਸਰਪ੍ਰਾਈਜ਼ ਜ਼ਰੂਰ ਮਿਲੂਗਾ, ਜਿੱਦਾਂ ਵੀ ਹੋਇਆ ਤੁਹਾਨੂੰ ਮਿਲ ਜਾਣਾ ਸਰਪ੍ਰਾਈਜ਼। ਅਤੇ ਤੁਹਾਨੂੰ ਵੀ ਵੇਖ ਕੇ ਵਧੀਆ ਲੱਗੂਗਾ, ਕਿਉਂਕਿ ਮੈਂ ਛੋਟੇ ਛੋਟੇ ਕਲਿੱਪ ਜਿੰਨੇ ਆ ਬਣਾ ਬਣਾ ਕੇ ਰੱਖੇ ਆ, ਅਤੇ ਉਹ ਤੁਹਾਨੂੰ ਅਗਲੇ ਮਹੀਨੇ ਜਿਹੜੇ ਆ ਦੇਖਣ ਨੂੰ ਮਿਲ ਜਾਣਗੇ, ਅਤੇ ਤੁਹਾਨੂੰ ਨਾਲ ਦੀ ਨਾਲ ਪਾਈ ਜਾਵਾਂਗੇ ਜੇ ਤੁਸੀਂ ਦੇਖੀ ਜਾਇਓ। ਅਤੇ ਇੱਕ ਇਹ ਹੋ ਗਿਆ ਕੰਮ, ਅਤੇ ਕਿਸੇ ਨੇ ਫਿਰ ਉਹੀ ਗੱਲ ਆ ਜਾਂਦੀ ਹੈ ਨਾ ਵੀ ਲੋਕ ਵਾਕਿਆ ਬਹੁਤ ਕੁਛ ਬੋਲਦੇ ਨੇ ਵੀ ਤੁਸੀਂ ਆਪਣੇ ਫੈਮਿਲੀ ਨਾਲ ਗੱਲ ਨਹੀਂ ਕਰਦੇ ਜਾਂ ਕਿੱਦਾਂ। ਚਲੋ ਕਿਸੇ ਨੂੰ ਕੀ ਪਤਾ ਵੀ ਅਸੀਂ ਗੱਲ ਕਰਦੇ ਹਾਂ ਨਹੀਂ ਕਰਦੇ। ਹੁਣ ਵੀ ਆਪਾਂ ਦੀ ਗੱਲ ਇਹਦੀ ਭੂਈ ਦੇ ਨਾਲ ਹੋਣੀ ਸੀ, ਅੱਧਾ ਪੌਣਾ ਘੰਟਾ ਗੱਲ ਕੀਤੀ ਅਸੀਂ। ਜ਼ਰੂਰੀ ਨਹੀਂ ਹੁੰਦਾ ਵੀ ਹਰ ਵਾਰੀ ਵੀਡੀਓ 'ਚ ਆਏ ਹੀ ਆਉਣ, ਬਾਕੀ ਇਹ ਵੀ ਤੁਹਾਨੂੰ ਜ਼ਰੂਰ ਵੀਡੀਓ ਦੇ ਵਿੱਚ ਸਾਰਿਆਂ ਨੂੰ ਮਿਲਾਓਗੇ, ਬਸ ਥੋੜ੍ਹਾ ਕੁ ਟਾਈਮ ਚਾਹੀਦਾ ਹੋਰ, ਕਿਉਂਕਿ ਹੁਣ ਮੈਂ ਬਾਹਰ ਹਾਂ ਅਤੇ ਮੈਂ ਹੁਣ ਇਹ ਆ ਵੀ ਉਹਨਾਂ ਦੇ ਨਾਲ ਤਾਂ ਵੀਡੀਓ ਉਹਨਾਂ ਦੀਆਂ ਬਣਦੀਆਂ ਹੁੰਦੀਆਂ, ਕਈ ਵਾਰੀ ਉਹਨਾਂ ਦੀ ਵੀਡੀਓ ਲੈ ਲਈ ਦੀ ਜਾਂ ਵੀਡੀਓ ਕਾਲ 'ਤੇ ਗੱਲ ਕਰ ਲਈ ਦੀ। ਅਤੇ ਬਾਕੀ ਤੁਹਾਨੂੰ ਸਾਰਿਆਂ ਦੀਆਂ ਵੀਡੀਓ ਵਿਖਾਵਾਂਗੇ, ਗੱਲਬਾਤ ਕਰਾਂਗੇ, ਅਤੇ ਫਿਰ ਤੁਹਾਨੂੰ ਪਤਾ ਲੱਗ ਜੂ ਵੀ ਹਾਂ ਵੀ ਇਹ ਮਿਲਦੇ ਵਰਤਦੇ ਕਿ ਨਹੀਂ। ਬਾਕੀ ਹਾਂ ਇਹ ਆ ਵੀ ਬਹੁਤੇ ਨਹੀਂ ਆ, ਬਹੁਤਿਆਂ ਵਿੱਚੋਂ ਸਿਰਫ ਇੱਕ ਜਣਾ ਹੀ ਆ ਜਾਂ ਦੋ ਜਣੇ ਆ ਉਹ ਇਹ ਉਹਦਾ ਮੈਸੇਜ ਆਇਆ ਉਸੇ ਪਹਿਲਾਂ ਜਿਨ੍ਹਾਂ ਨੇ ਮੈਨੂੰ ਪਰਸੋਂ ਮੈਸੇਜ ਕੀਤਾ ਕਿ ਤੁਸੀਂ ਆਪਣੀ ਫੈਮਿਲੀ ਨਾਲ ਤਾਂ ਗੱਲ ਨਹੀਂ ਕਰਦੇ, ਤੁਹਾਡੀ ਭੈਣ ਤਾਂ ਉੱਥੇ ਆ, ਤੁਸੀਂ ਵੀ ਆਪਣੇ ਪੇਕੇ ਜਾ ਕੇ ਬਹਿ ਜਾਓ, ਇੱਦਾਂ ਜਾਂ ਉੱਦਾਂ। ਉਹਨੇ ਮੈਸੇਜ ਕੀਤਾ ਲੈ ਤੁਹਾਡੇ ਆਪਣੇ ਹੀ ਕਹਿੰਦੇ ਆ ਕਿ ਤੁਸੀਂ ਗੱਲ ਨਹੀਂ ਕਰਦੇ। ਹਾਂ ਵੀ ਚਲੋ ਠੀਕ ਆ, ਜਿਹੜੇ ਆਪਣੇ ਕਹਿੰਦੇ ਉਹ ਹਾਂ ਮੈਸੇਜ ਕਰਕੇ ਨਾਂ ਲਿਖ ਕੇ ਦੇ ਦੇ ਵੀ ਹਾਂ ਵੀ ਤੇਰੇ ਆਹ ਵਾਲਾ ਮੈਂਬਰ ਹੀ ਤੈਨੂੰ ਕਹਿੰਦਾ ਵਾ ਵੀ ਇਹ ਗੱਲ ਨਹੀਂ ਕਰਦੇ, ਅਤੇ ਮੈਨੂੰ ਦੇ ਦੇ, ਮੈਨੂੰ ਪਤਾ ਲੱਗ ਜਾਵੇ ਵੀ ਹਾਂ ਵੀ ਮੇਰਾ ਕਿਹੜਾ ਮੈਂਬਰ ਜਿਹੜਾ ਵਾ ਮੈਂ ਕਹਿੰਦਾ ਵੀ ਇਹ ਗੱਲ ਨਹੀਂ ਕਰਦੇ, ਅਤੇ ਸਾਨੂੰ ਵੀ ਪਤਾ ਲੱਗ ਜੂ। ਵੈਸੇ ਉਹਦਾ ਸਾਨੂੰ ਪਤਾ ਤਾਂ ਨਹੀਂ ਆ ਵੀ ਕੌਣ ਕਹਿੰਦਾ ਆ, ਅਤੇ ਚੱਲ ਜੋ ਵੀ ਉਹ ਭਰਾ ਭੈਣ ਆ ਮੈਨੂੰ ਦੱਸ ਦੇ ਵੀ ਤੇਰਾ ਆਹ ਫੈਮਿਲੀ ਮੈਂਬਰ ਆ ਜਿਹੜਾ ਕਹਿੰਦਾ ਸਾਡੇ ਨਾਲ ਗੱਲ ਨਹੀਂ ਕਰਦੇ, ਅਤੇ ਸਾਨੂੰ ਵੀ ਪਤਾ ਹੋਊਗਾ ਵੀ ਸਹੀ ਗੱਲ ਅਸੀਂ ਗੱਲ ਨਹੀਂ ਕਰਦੇ। ਅਤੇ ਬਾਕੀ ਹੈ ਵੀ ਚਲੋ ਆਪਾਂ ਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ, ਅਸੀਂ ਆਪਣਾ ਕੰਮ ਕਰੀ ਜਾਈਦਾ, ਕਿਉਂਕਿ ਹੁਣ ਮੇਰੇ ਬੱਚੇ ਛੋਟੇ ਆ, ਮੈਂ ਬਾਹਰ ਕੰਮ ਨਹੀਂ ਕਰ ਸਕਦੀ, ਕਿਉਂਕਿ ਹੁਣ ਬੱਚਾ ਵੀ ਕੋਈ ਨਾ ਕੋਈ ਸੰਭਾਲਣ ਵਾਸਤੇ ਘਰ ਚਾਹੀਦਾ। ਗੁੱਸਾ ਨਾ ਕਰ ਪੁੱਤ, ਵੀ ਬੱਚਾ ਵੀ ਸੰਭਾਲਣ ਵਾਸਤੇ ਕੋਈ ਨਾ ਕੋਈ ਆਪਾਂ ਨੂੰ ਘਰ ਵਿੱਚ ਚਾਹੀਦਾ ਆ, ਅਤੇ ਇਹ ਆ ਕਿ ਮੇਰਾ ਹੁਣ ਵਧੀਆ ਚੱਲਦਾ ਆ, ਤਰਨ ਕੰਮ ਕਰਦੇ ਆ, ਵਧੀਆ ਕੰਮ ਆ ਸਾਡੇ, ਬਾਬੇ ਦੀ ਕਿਰਪਾ ਨਾਲ ਚੱਲੀ ਜਾਂਦਾ, ਇਹ ਵੀ ਇੱਕ ਕੰਮ ਹੀ ਆ ਬੱਚਿਆਂ ਦੇ ਨਾਲ ਰਹਿ ਕੇ ਕਰੀ ਜਾਂਦਾ। ਸਿਰਫ ਇਹ ਆ ਵੀ ਉਹਨੂੰ ਆਪਾਂ ਨੂੰ ਬੱਚੇ ਛੱਡ ਕੇ ਫਿਰ ਕਰਨਾ ਪੈਣਾ, ਅਤੇ ਕੋਈ ਨਾ ਜਿੱਦਣ ਇਹ ਵੀ ਥੋੜ੍ਹਾ ਵੱਡਾ ਹੋ ਗਿਆ ਸਕੂਲ ਜਾਣ ਡਿਆ ਪਿਆ ਅਤੇ ਆਪਾਂ ਕੰਮ ਕਰਨਾ ਹੀ, ਇਹ ਥੋੜ੍ਹਾ ਕਿ ਕੰਮ ਨਹੀਂ ਕਰਨਾ ਵੀ, ਇਹ ਵੀ ਤਾਂ ਕੰਮ ਹੀ ਜਿਹੜਾ ਹੁਣ ਵੀ ਅਸੀਂ ਕੰਮ ਕਰਨ ਡੇ, ਇਹ ਵੀ ਤਾਂ ਕੰਮ ਹੀ ਆ, ਇਹ ਕੰਮ ਇੰਨੀ ਆ ਵੀ ਇਹ ਕੰਮ ਨਹੀਂ ਹੈਗਾ, ਇਹਨੂੰ ਕੰਮ 'ਚ ਗਿਣਿਆ ਨਹੀਂ ਜਾਂਦਾ, ਇਹ ਵੀ ਇੱਕ ਕੰਮ ਹੀ ਆ। ਸਿਰਫ ਇਹ ਆ ਵੀ ਬਹੁਤਿਆਂ ਨੂੰ ਸਮਝ ਨਹੀਂ ਆਉਂਦੀ ਵੀ, ਬਾਕੀ ਆ ਵੀ ਚਲੋ ਬੋਲਣਾ ਵਾ ਕੰਮ, ਜਿਨ੍ਹਾਂ ਨੇ ਬੋਲਣਾ ਉਹਨਾਂ ਬੋਲੀ ਜਾਣਾ, ਜਿਨ੍ਹਾਂ ਨੇ ਪਿਆਰ ਕਰਨਾ ਉਹ ਕਰੀ ਜਾਂਦੇ ਆ, ਕਰਨ ਵਾਲੇ ਪਿਆਰ ਬਹੁਤ ਜ਼ਿਆਦਾ ਕਰਦੇ, ਉਹ ਤਾਂ ਇਹੋ ਗੱਲ ਕਹਿੰਦੇ ਆ ਵੀ ਤੁਸੀਂ ਲੋਕਾਂ ਦੀ ਪਰਵਾਹ ਨਾ ਕਰੋ। ਵੈਸੇ ਨਹੀਂ ਕਰੀ ਦੀ ਪਰ ਕਿਤੇ ਨਾ ਕਿਤੇ ਫਿਰ ਵੀ ਆ ਜਾਂਦਾ ਵੀ ਇੱਦਾਂ ਹੀ ਹਮੇਸ਼ਾ ਲੋਕ ਕਰਦੇ ਆ, ਚਲੋ ਕਰਨ ਵਾਲੇ ਵੀ ਵਿੱਚ ਹੁੰਦੇ ਹੀ ਆ, ਜੇ ਚੰਗੇ ਹੁੰਦੇ ਤਾਂ ਬੁਰੇ ਵੀ ਉਨੇ ਹੀ ਹੁੰਦੇ ਨਾਲ ਲੋਕ। ਅਤੇ ਬਾਕੀ ਆ ਵੀ ਥੋੜ੍ਹਾ ਕਰਾਂਗੇ ਘਰੋਂ ਬਾਹਰ ਜਾ ਕੇ ਵੀ ਕੰਮ, ਸਿਰਫ ਇਹ ਵੀ ਹੁਣ ਥੋੜ੍ਹੇ ਬੱਚੇ ਥੋੜ੍ਹੇ ਵੱਡੇ ਹੋ ਜਾਣ, ਇੱਕ ਵਾਰੀ ਬੱਚੇ ਥੋੜ੍ਹੇ ਆਪਣੇ ਸਿਰ 'ਤੇ ਹੋ ਗਏ। ਗੁਰਸ਼ਰਨ ਨਾ ਕਰ ਪੁੱਤ, ਟੁੱਟ ਜੂ ਦਾ ਖਿਡਾਉਣਾ, ਅਤੇ ਥੋੜ੍ਹਾ ਇਹ ਵੀ ਸਿਆਣਾ ਹੋ ਜੂਗਾ। ਗੁਰਸ਼ਾਨ ਤਾਂ ਵੈਸੇ ਵੀ ਚਲੋ ਹੁਣ ਸਿਆਣਾ ਵਾ, ਜਦੋਂ ਥੋੜ੍ਹਾ ਇਹ ਵੀ ਹੋ ਗਿਆ ਗੁਰਸ਼ਾਨ ਨੇ ਇਹਨੂੰ ਵੀ ਸੰਭਾਲਿਆ ਕਰਨਾ ਆ, ਅਤੇ ਆਪਾਂ ਵੀ ਕੰਮ 'ਤੇ ਜਾਇਆ ਕਰਾਂਗੇ ਵਧੀਆ, ਅਜੇ ਤਾਂ ਚਲੋ ਬਾਬੇ ਦੀ ਕਿਰਪਾ ਨਾਲ ਵਧੀਆ ਚੱਲੀ ਜਾਂਦਾ ਵਾ ਕੰਮ। ਅਤੇ ਬਾਕੀ ਸਾਰੇ ਜਣੇ ਤਕਰੀਬਨ ਕਈ ਜਣਾ ਮੈਸੇਜ ਆਉਂਦਾ ਵੀ ਤੁਸੀਂ ਦੱਸਿਆ ਨਹੀਂ ਤੁਹਾਡੇ ਹਸਬੈਂਡ ਕੀ ਕੰਮ ਕਰਦੇ, ਉਹ ਇੱਥੇ ਨਾ ਕਬਾਬ ਬਣਦਾ ਆ, ਆਪਾਂ ਨੂੰ ਇੱਥੇ ਬਹੁਤ ਹੀ ਦੂਰ ਨਹੀਂ ਹੈ ਕੰਮ 'ਤੇ ਜਾਂਦੇ, 5 ਕਿਲੋਮੀਟਰ ਆ, 5-6 ਕਿਲੋਮੀਟਰ ਇੰਨੀ ਕੁ ਦੂਰ ਜਾਂਦੇ ਆ ਕੰਮ 'ਤੇ, ਅਤੇ ਉਹ ਕਬਾਬ ਬਣਦਾ ਵਾ ਉੱਥੇ, ਮਤਲਬ ਕਿ ਠੰਡ ਦਾ ਹੀ ਕੰਮ ਆ, ਤੁਸੀਂ ਲਾ ਲਓ ਵੀ ਜਿੱਦਾਂ ਆਪਾਂ ਬਰਫ਼ਾਂ ਦੇ ਵਿੱਚ ਚੰਗੇ ਮੋਟੇ ਕੱਪੜੇ ਪਾ ਕੇ ਰੱਖੀਦੇ ਆ, ਕੈਪ ਵਗੈਰਾ, ਗਲਵਸ ਵਗੈਰਾ, ਮਤਲਬ ਕਿ ਇੰਨੀ ਠੰਡ 'ਚ ਕੰਮ ਕਰਦੇ ਵੀ 2-2-3-3 ਗਲਵਸ ਪਾਉਣੇ ਪੈਂਦੇ ਆ, ਸੌਕਸ ਗਰਮ 2-2 ਜੋੜੇ ਪਾ ਕੇ, ਵੱਡੀਆਂ ਜੈਕਟਾਂ ਪਾ ਕੇ ਤਾਂ ਫਿਰ ਕੰਮ ਕਰਨਾ ਪੈਂਦਾ। ਅਤੇ ਇਹ ਆ ਵੀ ਚਲੋ ਵਧੀਆ ਆ ਕੰਮ, ਕੰਮ ਕੋਈ ਵੀ ਨਹੀਂ ਮਾੜਾ, ਕੰਮ ਕਰਨ ਵਾਲਾ ਬੰਦਾ ਹੋਣਾ ਚਾਹੀਦਾ ਵਾ, ਫਿਰ ਭਾਵੇਂ ਠੰਡ ਹੋਵੇ ਅਤੇ ਭਾਵੇਂ ਗਰਮੀ, ਅਤੇ ਉਹ ਤਾਂ ਚਲੋ ਕਰਨਾ ਹੀ ਪੈਣਾ, ਨਾਲੇ ਜਿਹੜਾ ਕਰਮਾਂ 'ਚ ਲਿਖਿਆ ਕੰਮ ਉਹ ਹੀ ਕਰਨਾ ਪੈਣਾ। ਹਾਂਜੀ ਸਾਹਿਬ ਜੀ, ਹੁਣ ਤੁਸੀਂ ਸੌਣਾ ਕਿ ਨਹੀਂ ਸੌਣਾ? ਅਤੇ ਹੁਣ ਆਪਾਂ ਲੱਗੇ ਸੀ ਗੁਰੂ ਸਾਹਿਬ ਨੂੰ ਸੌ ਲੈਣ, ਕਿਉਂਕਿ ਇਹ ਥੋੜ੍ਹਾ ਕੁ ਟਾਈਮ ਸੁੱਤਾ, 15-20 ਮਿੰਟ,
तो इन्हू सवा लीए तो फिर खाइए आप रोटी गुरशान ने तो खा ली तो आप भी लीए खा रोटी। हाँ जी तुसी तो दुध पी लिया सैर लैके खा लिया तुसा तो सुन जाओ हूँ तो हूँ इन्हू सवा लीए तो आप खा लीए रोटी। चलो जी ओके जी बाय जी सत श्रीकाल जी सारू।